तुसी देख रहे हो सहज न्यूज चैनल नमियां ते ताजा खबरां ले सब्सक्राइब करो लाइव कवरेज ले संपर्क करो। विधानसभा हलका फ्लोर दे इंचार्ज चौधरी विक्रमजीत सिंह वल्लों स्मार्ट कार्ड होल्डरां नूं पिंड दसांझ कलां सरहाल मुंडी पिंड च पर परिवारक मैंबर नूं 15 किलो कणक अते 3 किलो दाल एक परिवार नूं दित्ती गई। इस मौके बोलदिआं चौधरी विक्रमजीत सिंह ने कहा कि पंजाब दे मुख मंत्री कैप्टन अमरिंदर सिंह वल्लों पिछले 45 दिनां तों पंजाब दे हरेक लोड़वंदां नूं मजदूर अते रोजाना कमा के खाण वालिआं नूं सरकारी सहूलत दे रहे हां। विधानसभा हलका दे इलाके विच दूजी वार राशन वंडिआ गिआ। हल्के विच जिन्हां दे किसे कारण स्मार्ट कार्ड अपलोड नहीं होए जां गलती नाल कट्टे गए उन्हां नूं भी अनाज देण दा उपराला कर रहे हां। उन्हां पिंड वासियां नूं अपील कीती कि जदों भी सरकारी सहूलत लैण आउण तां मुंह ते मास्क अते दूरी बनाई रखण अते कोरोना वायरस वर्गी भयानक बीमारी तों छुटकारा पाउण लई जो पंजाब सरकार वल्लों आदेश दित्ते हन उन्हां ते अमल करन। इस मौके दारा सिंह राय चेयरमैन मार्केट कमेटी गुराया, वाइस चेयरमैन मार्केट कमेटी गुराया राम लोहिया, टोनी ढिल्लों तों अलावा लाभपात्री हाजिर सन। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਪ੍ਰੀਤ, ਮੈਂਬਰ ਜ਼ਿਲ੍ਹਾ ਪਰਿਸ਼ਦ ਅਪਰੇ ਤੋਂ। ਮੈਂ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕੈਪਟਨ ਸਰਕਾਰ ਦੇ ਔਰ ਵਿਕਰਮਜੀਤ ਸਿੰਘ ਚੌਧਰੀ ਜੋ ਕਿ ਹਲਕਾ ਇੰਚਾਰਜ, ਜਿਨ੍ਹਾਂ ਨੇ ਸਾਡੇ ਅਪਰੇ ਦੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਪਹੁੰਚਾਇਆ, ਜੋ ਕਿ ਉਹਨਾਂ ਨੂੰ ਘਰ ਪਹੁੰਚਾਉਣ ਦੀ ਸਾਡੀ ਜ਼ਿੰਮੇਵਾਰੀ ਲਾਈ ਆ। ਜੋ ਵੀ ਲੋੜਵੰਦ ਪਰਿਵਾਰ ਆ, ਅਸੀਂ ਉਹਨਾਂ ਤੱਕ ਪਰਿਵਾਰਾਂ ਤੱਕ ਇਹ ਉਹਨਾਂ ਦੀ ਰਾਸ਼ਨ ਪਹੁੰਚਾਵਾਂਗੇ। ਔਰ ਅਗਰ ਕੋਈ ਹੋਰ ਵੀ ਲੋੜਵੰਦ ਪਰਿਵਾਰ ਆ ਸਾਡੇ ਨਾਲ ਸੰਪਰਕ ਕਰ ਸਕਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਦਸਾਂਝ ਕਲਾਂ ਵਿੱਚ ਸਮਾਰਟ ਕਾਰਡ ਹੋਲਡਰਾਂ ਨੂੰ ਸਰਕਾਰ ਵੱਲੋਂ ਇੱਕ ਪਰਿਵਾਰ ਦੇ ਹਰ ਜੀ ਨੂੰ 15 ਕਿਲੋ ਕਣਕ ਔਰ 3 ਕਿਲੋ ਦਾਲ ਦੇਣ ਦਾ ਇੱਥੇ ਪ੍ਰੋਗਰਾਮ ਚੱਲ ਰਿਹਾ ਹੈ। ਔਰ ਅਸੀਂ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸਾਰੇ ਇਲਾਕੇ ਦੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਦੁਬਾਰਾ ਤੋਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਤਕਰੀਬਨ ਪਿਛਲੇ 1.5 ਮਹੀਨੇ ਤੋਂ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਲੋੜਵੰਦ ਸਾਥੀਆਂ ਨੂੰ, ਮਜ਼ਦੂਰਾਂ ਨੂੰ, ਉਹ ਲੋਕ ਜਿਹੜੇ ਰੋਜ਼ ਕਮਾ ਕੇ ਖਾਣਾ ਖਾਂਦੇ ਨੇ, ਰੋਟੀ ਆਪਣਾ ਖਾਂਦੇ ਨੇ, ਕਿਉਂਕਿ ਕਰੋਨਾ ਮਹਾਂਮਾਰੀ ਕਰਕੇ ਲੋਕਡਾਊਨ ਹੈ, ਕਰਫਿਊ ਹੈ, ਉਹਨਾਂ ਪਰਿਵਾਰਾਂ ਨੂੰ ਅਸੀਂ ਸਰਕਾਰੀ ਸਹੂਲਤ ਦੇ ਰਹੇ ਹਾਂ। ਜਿੱਥੇ ਸਮਾਰਟ ਕਾਰਡ ਹੋਲਡਰਾਂ ਨੂੰ ਇਹ ਦੂਸਰੀ ਵਾਰ ਅਨਾਜ ਦਿੱਤਾ ਗਿਆ ਹੈ, ਉੱਥੇ ਜਿਹੜੇ ਸਾਥੀ ਜਿਨ੍ਹਾਂ ਦੇ ਕਾਰਡ ਨਹੀਂ ਬਣੇ, ਕਿਸੇ ਕਾਰਨ ਕਰਕੇ ਕਾਰਡ ਅਪਲੋਡ ਨਹੀਂ ਹੋ ਸਕੇ ਜਾਂ ਕੱਟੇ ਗਏ, ਗਲਤੀ ਨਾਲ ਕੱਟੇ ਗਏ, ਉਹਨਾਂ ਨੂੰ ਵੀ ਅਸੀਂ ਕੈਪਟਨ ਸਾਹਿਬ ਵੱਲੋਂ, ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅਨਾਜ ਦੇਣ ਦਾ ਕੰਮ ਕਰ ਰਹੇ। ਮੈਂ ਤੁਹਾਡੇ ਰਾਹੀਂ ਸਾਰੇ ਇਲਾਕੇ ਦੇ ਸੂਝਵਾਨ ਬਜ਼ੁਰਗਾਂ ਨੂੰ, ਨੌਜਵਾਨ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਸ 'ਤੇ ਅਮਲ, ਉਸ 'ਤੇ ਪੂਰਾ ਤੁਸੀਂ ਖਰੇ ਉਤਰੋ, ਕਿਉਂਕਿ ਇਹ ਜਿਹੜਾ ਲੋਕਡਾਊਨ ਹੈ, ਇਹ ਕਰਫਿਊ ਹੈ, ਤੁਹਾਨੂੰ ਇਸ ਮਹਾਂਮਾਰੀ ਤੋਂ, ਇਸ ਬਿਮਾਰੀ ਤੋਂ ਬਚਾਉਣ ਲਈ ਹੀ ਲਾਇਆ ਗਿਆ। ਸੋਸ਼ਲ ਡਿਸਟੈਂਸਿੰਗ ਦਾ ਬਾਰ ਬਾਰ ਅਸੀਂ ਇਹੀ ਬਾਰ ਬਾਰ ਬੇਨਤੀ ਕਰ ਰਹੇ ਹਾਂ ਕਿ ਸੋਸ਼ਲ ਡਿਸਟੈਂਸਿੰਗ ਰੱਖਣ ਵਾਸਤੇ ਹੀ ਕਰਫਿਊ ਲਾਇਆ ਗਿਆ। ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ, ਆਪਣਾ ਜਦੋਂ ਬਾਹਰ ਆਉਣਾ, ਜਿੱਦਾਂ ਇੱਦਾਂ ਸਰਕਾਰੀ ਸਹੂਲਤ ਲੈਣ ਆਉਣਾ, ਉਹਦੇ ਵਿੱਚ ਆਪਣੇ ਮਾਸਕ ਪਾ ਕੇ ਆਉਣਾ, ਆਪਣਾ ਮੂੰਹ ਬੰਨ ਕੇ ਆਉਣਾ। ਜਿਹਨਾਂ ਕੋਲ ਮਾਸਕ ਨਹੀਂ ਹੈ ਉਹ ਜਿੱਦਾਂ ਆ ਰੁਮਾਲ ਨਾਲ ਆਪਣਾ ਮੂੰਹ ਚੰਗੀ ਤਰ੍ਹਾਂ ਢੱਕ ਕੇ ਆਉਣਾ, ਬਾਰ ਬਾਰ ਆਪਣੇ ਹੱਥ ਧੋਣਾ ਔਰ ਦੂਰੀ ਬਣਾ ਕੇ ਰੱਖਣਾ। ਇਹ ਅਪੀਲ ਹੈ ਸਾਡੀ, ਮੈਂ ਬਾਰ ਬਾਰ ਕਹਿੰਦਾ, ਅੱਜ ਫਿਰ ਤੁਹਾਡੇ ਰਾਹੀਂ ਇਹ ਬੇਨਤੀ ਕਰਦਾ ਲੱਖਾਂ ਵਾਸੀਆਂ।